ਇਸ ਵਕਤ ਅਸੀਂ ਖੜ੍ਹੇ ਹਾਂ ਖਨੌਰੀ ਬਾਰਡਰ 'ਤੇ, ਜਿੱਥੇ ਸਥਿਤੀ ਪੂਰੀ ਤਣਾਅਪੂਰਨ ਹੈ। ਅਤੇ ਮੈਂ ਖਾਸ ਕਰਕੇ ਨਾਲ ਇਸ ਸਥਿਤੀ ਦੇ ਵਿੱਚ ਮੂਹਰੇ ਖਾਸ ਕਰਕੇ ਹਰਿਆਣੇ ਦੇ ਸਾਡੇ ਨੌਜਵਾਨਾਂ ਦਾ, ਪੰਜਾਬ ਦੇ ਨਾਲ ਜਿਹੜੇ ਲੱਗਦੇ ਪਿੰਡ ਉਹਨਾਂ ਦਾ, ਕਿ ਜਿਹੜਾ ਰਾਤ ਦਾ ਸਾਨੂੰ ਰਹਿਣ ਬਹਿਣ ਦਾ, ਲੰਗਰ ਪਾਣੀ ਦਾ, ਦੁੱਧ ਦਾ ਪ੍ਰਬੰਧ ਕੀਤਾ ਉਹਨਾਂ ਨੇ ਰਾਤ ਨੂੰ 2 ਵਜੇ ਤੱਕ। ਜਿਹੜੇ ਸਾਡੇ ਨੌਜਵਾਨ ਜਾਂ ਜਿਹੜੇ ਸਾਡੇ ਕਿਸਾਨ ਉੱਥੇ ਜ਼ਖਮੀ ਹੋਏ ਆ, ਉਹਨਾਂ ਨੂੰ ਸਾਂਭਣ ਦਾ ਬਹੁਤ ਉਹਨਾਂ ਨੇ ਇੰਤਜ਼ਾਮ ਕੀਤਾ। ਤਾਂ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਕਿ ਖਨੌਰੀ ਬਾਰਡਰ 'ਤੇ ਜਿਹੜੀ ਸਥਿਤੀ ਹੈ, ਉਹ ਜਿਹੜੇ ਲੋਕ ਹੈ ਨੇੜੇ ਬਹੁਤ ਇਕੱਠ ਹੋ ਰਿਹਾ, ਆ ਰਹੇ ਨੇ ਨੌਜਵਾਨ, ਪਰ ਪੰਜਾਬ ਦੇ ਲੋਕਾਂ ਨੂੰ ਮੈਂ ਇਸ ਕਰਕੇ ਅਪੀਲ ਕਰਦਾ ਕਿ ਇਸ ਨੂੰ ਨਜਿੱਠਣ ਵਾਸਤੇ ਜਿਹੜਾ ਆਪਾਂ ਪ੍ਰੋਗਰਾਮ ਦਿੱਤਾ ਹੋਇਆ ਕਿ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਾਂਗੇ ਆਪਣੇ ਪੰਜਾਬ ਦੇ ਵਿੱਚੋਂ, ਬਹੁਤੇ ਜ਼ਿਲ੍ਹੇ 11 ਨੂੰ ਤੁਰੇ ਨੇ, 12 ਨੂੰ ਤੁਰੇ ਨੇ, ਕੱਲ੍ਹ ਨੂੰ ਆਪਾਂ ਜਿਹੜੇ ਇੱਧਰ ਖਨੌਰੀ ਬਾਰਡਰ 'ਤੇ ਪਹੁੰਚੇ ਹਾਂ। ਲੱਖਾਂ ਦੀ ਗਿਣਤੀ 'ਚ ਜਿਹੜਾ ਲੋਕਾਂ ਨੂੰ ਲੱਗਦਾ ਸੀ ਭੁਲੇਖਾ ਵੀ ਲੋਕਾਂ ਦਾ ਇਕੱਠ ਨਹੀਂ ਹੋਣਾ, ਲੱਖਾਂ ਦੀ ਗਿਣਤੀ 'ਚ ਇਕੱਠ ਹੋਇਆ। ਤਾਂ ਇਸ ਦੇ ਨਾਲ ਜਿਹੜਾ ਸਰਕਾਰ ਨੇ ਆਪਣੇ 'ਤੇ ਹਮਲਾ ਕੀਤਾ, ਜਿਹੇ ਜਿਹੇ ਅਥਰੂ ਗੈਂਦ ਛੱਡੇ ਹੈ, ਜਿਹੇ ਜਿਹਾ ਲਾਠੀਚਾਰਜ ਕੀਤਾ, ਸਾਡਾ ਟਰੈਕਟ ਪੰਨਿਆਂ ਪੈਂਚਰ ਕੀਤੇ ਹੈ, ਇਹਦੇ ਨਾਲ ਨਜਿੱਠਣ ਲਈ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਮੈਂ ਜ਼ਰੂਰ ਬੇਨਤੀ ਕਰਦਾ, ਜਿੰਨੀ ਵੀ ਸਾਡੇ ਕੋਲ ਵੀਡੀਓ ਜਾਂਦੀ ਹੈ ਗਾਹਾਂ ਸ਼ੇਅਰ ਕਰਕੇ ਪਿੰਡਾਂ ਦੇ ਵਿੱਚੋਂ ਤੁਰਨ ਦੀ ਹਿੰਮਤ ਕਰੀਏ। ਤੁਰਨ ਦੀ ਹਿੰਮਤ ਜੇ ਕਿਸੇ ਪਿੰਡ ਦੇ ਵਿੱਚੋਂ ਖਾਲੀ ਗੱਟੇ, ਬਾਲਟੀਆਂ, ਐਨਕਾਂ, ਜਿਹੜੀਆਂ ਮੰਨ ਲਓ ਜਿਹੜਾ ਪਤੰਗ ਚੜਾਉਂਦੇ ਆ ਜਵਾਕ, ਉਹ ਡਰਾਉਣਾ ਲੈ ਕੇ ਆਪਾਂ ਖਨੌਰੀ ਬਾਰਡਰ 'ਤੇ ਪਹੁੰਚ ਗਏ, ਜਿਹੋ ਜਿਹੀ ਸਥਿਤੀ ਦਾ ਮੂਹਰੇ ਟਾਕਰਾ ਕਰਕੇ ਘੱਟ ਨੁਕਸਾਨ 'ਚ ਹੁੰਦੇ ਹਾਂ। ਕਿਉਂਕਿ ਆਪਾਂ ਦੋਨੇ ਫੋਰਮ ਵੱਲੋਂ ਕਿਹਾ ਹੋਇਆ ਕਿ ਅਸੀਂ ਸ਼ਾਂਤਮਈ ਰਹਿ ਕੇ ਜ਼ਬਰ ਝੱਲਾਂਗੇ, ਸਬਰ ਦੇ ਨਾਲ ਟਾਕਰਾ ਕਰਾਂਗੇ। ਜਿਹੋ ਜਿਹੀ ਸਥਿਤੀ ਹੈ ਉਹਦੇ ਨਾਲ ਨਜਿੱਠਣ ਲਈ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇੜਾ, ਭਰਾਵੋ ਖੁੰਡਾਂ 'ਤੇ ਬੈਠੇ ਐਵੇਂ ਨਾ ਨਿੰਦੀ ਜਾਈਓ, ਆ ਫਲਾਨਾ ਲੀਡਰ ਹੈ। ਲੀਡਰਾਂ ਦਾ ਵੀ ਪਤਾ ਲੱਗ ਚੁੱਕਿਆ ਕਿਹੜੇ ਲੜਨ ਵਾਲੇ ਆ, ਕਿਹੜੇ ਮਰਨ ਵਾਲੇ ਆ।